ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ। ਜਦੋਂ ਵਿਰੋਧੀ ਧਿਰ ਦੇ ਆਗੂ ਬੋਲਦੇ ਨੇ ਤਾਂ ਕੈਮਰਾ ਉਹਨਾਂ ਤੇ ਜ਼ੂਮ ਆਊਟ ਕੀਤਾ ਜਾਂਦਾ, ਜਦੋਂ ਕਿ ਸੱਤਾਧਾਰੀ ਦੇ ਲੀਡਰ ਬੋਲਦੇ ਨੇ ਉਹਨਾਂ ਤੇ ਕੈਮਰਾ ਜ਼ੂਮ ਇਨ ਹੁੰਦਾ। ਇਹ ਪ੍ਰਤਾਪ ਸਿੰਘ ਬਾਜਵਾ ਦੇ ਇਲਜ਼ਾਮ ਨੇ ਜਿਨ੍ਹਾਂ ਨੂੰ ਲੈ ਕੇ ਅੱਜ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਤਾਂ ਹਾਈ ਕੋਰਟ ਨੇ ਪੂਰੇ ਮਾਮਲੇ ਦੇ ਵਿੱਚ ਗੇਂਦ ਸਪੀਕਰ ਦੇ ਪਾਲੇ ਦੇ ਵਿੱਚ ਸੁੱਟ ਦਿੱਤੀ। ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਦੇ ਰੂਲਸ ਤੈਅ ਕਰਨੇ ਸਪੀਕਰ ਦੇ ਹੱਕ ਨੇ ਔਰ ਸਪੀਕਰ ਇਸ ਮਾਮਲੇ ਦਾ ਨਿਪਟਾਰਾ ਕਰੇ। ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਜਦੋਂ ਵਿਰੋਧੀ ਧਿਰ ਦੇ ਲੀਡਰ ਬੋਲਦੇ ਨੇ ਤਾਂ ਉਹਨਾਂ 'ਤੇ ਕੈਮਰਾ ਫੋਕਸ ਨਹੀਂ ਹੁੰਦਾ, ਜਦੋਂ ਕਿ ਸੱਤਾਧਾਰੀ ਲੀਡਰਾਂ ਨੂੰ ਇੱਕ ਇੱਕ ਕਰਕੇ ਦਿਖਾਇਆ ਜਾਂਦਾ ਹੈ। ਤਾਂ ਲਾਈਵ ਕਵਰੇਜ ਦੇ ਸਵਾਲ ਉੱਠੇ ਸੀ। ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ। ਹਾਈ ਕੋਰਟ ਦੇ ਵਿੱਚ ਅੱਜ ਇਸ ਪੂਰੇ ਮਾਮਲੇ 'ਤੇ ਸੁਣਵਾਈ ਹੋਈ। ਸਪੀਕਰ ਦੇ ਪਾਲੇ ਦੇ ਵਿੱਚ ਗੇਂਦ ਨੂੰ ਸੁੱਟਿਆ ਗਿਆ ਕਿ ਸਪੀਕਰ ਤੈਅ ਕਰਨ ਵਿਧਾਨ ਸਭਾ ਦੇ ਰੂਲਸ ਕਿਸ ਤਰੀਕੇ ਦੇ ਹੋਣ। ਨਾਲ ਹੀ ਉਹਨਾਂ ਨੇ ਕੇਰਲ ਹਾਈ ਕੋਰਟ ਦੀ ਵਿਧਾਨ ਸਭਾ ਦਾ ਹਵਾਲਾ ਵੀ ਦਿੱਤਾ ਕਿ ਕੇਰਲ ਦੀ ਵਿਧਾਨ ਸਭਾ ਦੇ ਵਿੱਚ ਸਭ ਦੇ ਲਈ ਰੂਲਸ ਬਰਾਬਰ ਹੁੰਦੇ ਨੇ। ਤਾਂ ਹਾਈ ਕੋਰਟ ਦੇ ਵਿੱਚ ਅੱਜ ਇਸ ਮਾਮਲੇ ਦੀ ਸੁਣਵਾਈ ਹੋਈ। ਸਪੀਕਰ ਨੂੰ ਕਿਹਾ ਗਿਆ ਕਿ ਇਸ ਮਾਮਲੇ ਦੀ ਸੁਣਵਾਈ ਕੀਤੀ ਜਾਵੇ। ਤਾਂ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਕਿਹਾ ਸੀ ਕਿ ਇਸ ਮਾਮਲੇ ਨੂੰ ਲੈ ਕੇ ਉਹਨਾਂ ਨੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧੂਆਂ ਨੂੰ ਸ਼ਿਕਾਇਤ ਕੀਤੀ, ਪਰ ਕੋਈ ਵੀ ਸਿੱਟਾ ਸਾਹਮਣੇ ਨਹੀਂ ਆਇਆ। ਉਹਨਾਂ ਨੂੰ ਜ਼ੂਮ ਆਊਟ ਕਰਕੇ ਦਿਖਾਇਆ ਜਾਂਦਾ ਹੈ, ਜਦਕਿ ਸੱਤਾਧਾਰੀ ਪਾਰਟੀ ਦੇ ਮੰਤਰੀ ਅਤੇ MLAs ਨੂੰ ਇੱਕ ਇੱਕ ਕਰਕੇ ਸਕਰੀਨ 'ਤੇ ਦਿਖਾਇਆ ਜਾਂਦਾ ਹੈ। ਤਾਂ ਹਾਈ ਕੋਰਟ ਦੇ ਵੱਲੋਂ ਸਪੀਕਰ 'ਤੇ ਸਾਰੀ ਗੱਲ ਸੁੱਟ ਦਿੱਤੀ ਕਿ ਹੁਣ ਸਪੀਕਰ ਤੈਅ ਕਰਨ ਵਿਧਾਨ ਸਭਾ ਦੇ ਰੂਲਸ ਕਿਸ ਤਰੀਕੇ ਦੇ ਹੋਣੇ ਚਾਹੀਦੇ ਨੇ। ਓਨਰੇਬਲ ਹਾਈ ਕੋਰਟ ਨੇ ਅੱਜ ਡਾਇਰੈਕਸ਼ਨ ਕੀਤੀ ਹੈ ਸਪੀਕਰ ਸਾਹਿਬ ਨੂੰ ਵੀ ਬਾਜਵਾ ਸਾਹਿਬ ਦੀ ਜਿਹੜੀ ਰਿਟਨ ਰੈਪ੍ਰੈਜੈਂਟੇਸ਼ਨ ਸੀਗੀ ਵਿਤਕਰੇ ਨੂੰ ਲੈ ਕੇ ਓਪੋਜੀਸ਼ਨ ਦੇ MLAs ਦੇ ਨਾਲ ਬ੍ਰੌਡਕਾਸਟਿੰਗ ਜਿਹੜੀ ਹੁੰਦੀ ਸੀ ਸਾਡੇ 'ਤੇ ਜ਼ੂਮ ਆਊਟ ਕਰ ਦਿੰਦੇ ਸੀ ਕੈਮਰਾ, ਉਹ 'ਤੇ ਵੀ ਸਪੀਕਰ ਸਾਹਿਬ ਜਲਦ ਤੋਂ ਜਲਦ ਫੈਸਲਾ ਲੈਣ, ਐਕਸਪਰਡੀਸ਼ੀਅਸਲੀ ਸਪੀਕਰ ਸਾਹਿਬ ਨੇ ਇਹ 'ਤੇ ਫੈਸਲਾ ਲੈਣਾ ਹੈ। ਇਹ ਅੱਜ ਓਨਰੇਬਲ ਹਾਈ ਕੋਰਟ ਨੇ ਚੀਫ ਜਸਟਿਸ ਸਾਹਿਬ ਨੇ ਫੈਸਲਾ ਲਿਆ। ਕੋਈ ਟਾਈਮ ਬਾਊਂਡ ਐਕਸਪੈਡੀਸ਼ਸਲੀ ਮਤਲਬ ਜਲਦ ਤੋਂ ਜਲਦ, ਹੁਣ ਉਹ ਸਪੀਕਰ ਸਾਹਿਬ 'ਤੇ ਹੈ ਵੀ ਉਹ ਇੱਕ ਦਿਨ 'ਚ ਲੈਂਦੇ ਨੇ ਕਿ ਦੋ ਦਿਨ 'ਚ ਲੈਂਦੇ ਨੇ। ਲੇਕਿਨ ਭਗਵੰਤ ਮਾਨ ਸਾਹਿਬ ਨੂੰ ਮੈਂ ਬੇਨਤੀ ਕਰੂੰਗਾ ਕਿ ਮਾਨ ਸਾਹਿਬ ਅੱਗੇ ਆ ਕੇ ਇਸ ਆਰਡਰ ਨੂੰ ਵੈਲਕਮ ਕਰਨ। ਅੰਬੇਦਕਰ ਸਾਹਿਬ ਦਾ ਜ਼ਿਕਰ ਕਰਦੇ ਨੇ ਮਾਨ ਸਾਹਿਬ, ਅਤੇ ਅੰਬੇਦਕਰ ਸਾਹਿਬ ਦਾ ਜਿਹੜਾ ਆਰਟੀਕਲ ਸੰਵਿਧਾਨ ਬਣਾਇਆ ਹੋਇਆ ਆਰਟੀਕਲ 14 ਜਿਹੜਾ ਉਹ 'ਚ ਰਾਈਟ ਟੂ ਇਕੁਆਲਿਟੀ ਫੰਡਾਮੈਂਟਲ ਰਾਈਟ, ਉਹ ਇਕੁਆਲਿਟੀ ਜਿਹੜੀ ਹੈ ਉਹ ਵਾਇਲੇਟ ਹੋ ਰਹੀ ਸੀ ਓਪੋਜੀਸ਼ਨ MLAs ਦੀ। ਸਰਕਾਰ ਦੇ ਜਦੋਂ MLA ਬੋਲਦੇ ਸੀਗੇ ਕੈਮਰਾ ਜ਼ੂਮ ਇਨ ਕਰ ਲੈਂਦੇ ਸੀ, ਜਦੋਂ ਓਪੋਜੀਸ਼ਨ ਦੇ MLA ਬੋਲਦੇ ਸੀਗੇ ਕੈਮਰਾ ਜ਼ੂਮ ਆਊਟ ਕਰ ਲੈਂਦੇ ਸੀਗੇ। ਇਹ 14 ਆਰਟੀਕਲ 14 ਰਾਈਟ ਟੂ ਇਕੁਆਲਿਟੀ ਦਾ ਵਾਇਲੇਸ਼ਨ ਹੈ ਹੀ ਹੈ, ਆਰਟੀਕਲ 19(1)A ਫ੍ਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਦੀ ਵੀ ਵਾਇਲੇਸ਼ਨ ਹੈ। ਤੁਸੀਂ ਇਹ ਦੇਖੋ ਕਿ ਇਹਨਾਂ ਨੇ ਜਿਹੜਾ ਰਿਟਨ ਰਿਪਲਾਈ ਦਿੱਤਾ ਉਹਦੇ 'ਚ ਮੰਨੇ ਹੈ ਵੀ ਟੈਕਨੀਕਲ ਡਿਫੀਕਲਟੀ ਹੈਗੀ ਹੈ। ਹੁਣ ਟੈਕਨੀਕਲ ਡਿਫੀਕਲਟੀ ਜੇ ਹੈਗੀ ਹੈ ਤਾਂ ਫਿਰ ਰਿਜ਼ੋਲਵ ਕਰੋ, 2 ਸਾਲਾਂ ਤੋਂ ਕਿਉਂ ਤੁਸੀਂ ਇਹਨੂੰ ਰਿਜ਼ੋਲਵ ਨਹੀਂ ਕੀਤਾ? ਅਤੇ ਜੇ ਹੈਗੀ ਵੀ ਟੈਕਨੀਕਲ ਡਿਫੀਕਲਟੀ ਫਿਰ ਇਹਦਾ ਜਿਹੜਾ ਸੇਕ ਹੈ ਇਹ ਸਿਰਫ ਓਪੋਜੀਸ਼ਨ ਦੇ MLA ਨੂੰ ਕਿਉਂ ਲੱਗਦਾ ਜੀ? ਸਰਕਾਰ ਦੇ MLA ਨੂੰ ਤਾਂ ਲੱਗਦਾ ਨਹੀਂ ਇਹ ਸੇਕ, ਕਿਉਂਕਿ ਟਾਈਮ ਬਾਊਂਡ ਨਹੀਂ ਹੈ। ਤੁਹਾਨੂੰ ਲੱਗਦਾ ਕਿ ਸਪੀਕਰ ਤੇ ਹੁਣ ਡਿਪੈਂਡ ਨਹੀਂ ਜੀ, ਓਨਰੇਬਲ ਚੀਫ ਜਸਟਿਸ ਸਾਹਿਬ ਦੀ ਡਾਇਰੈਕਸ਼ਨ ਹੈ, ਓਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨ ਹੈ, ਦੇ ਵਿਲ ਹੈਵ ਟੂ ਕੰਪਲਾਈ ਵਿਦ ਇਟ। ਕਿੰਨਾ ਕੁ ਟਾਈਮ ਵੇਟ ਕਰੋ? ਉਹ ਹੁਣ ਅਸੀਂ, ਸਾਨੂੰ ਪਤਾ ਵੀ ਸਪੀਕਰ ਸਾਹਿਬ ਬੜੇ ਮੈਟੀਕੁਲਸ ਨੇ, ਡਿਲੀਜੈਂਟ ਨੇ, ਉਹ ਜਲਦ ਤੋਂ ਜਲਦ ਤੇ ਫੈਸਲਾ ਲੈਣਗੇ, ਸਾਨੂੰ ਪਤਾ ਹੈ। ਅਤੇ ਅੰਬੇਦਕਰ ਸਾਹਿਬ ਦੇ ਜਿਹੜੇ ਪ੍ਰਿੰਸੀਪਲਸ ਨੇ ਸੰਵਿਧਾਨ 'ਚ ਜੋ ਚੀਜ਼ਾਂ ਲਿਖੀਆਂ ਹੋਈਆਂ ਉਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਲੈਣਗੇ, ਸਾਨੂੰ ਪਤਾ ਹੈ ਸਪੀਕਰ ਸਾਹਿਬ ਦਾ ਫੈਸਲਾ ਇਨ ਫੇਵਰ ਆਫ ਕੰਸਟੀਟਿਊਸ਼ਨ ਆਊਗਾ। ਅਤੇ ਅਸੀਂ ਐਕਸਪੈਕਟ ਕਰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਇਸ ਆਰਡਰ ਨੂੰ ਵੈਲਕਮ ਕਰੂਗੀ। ਉਹਦਾ ਕਾਰਨ ਹੈ, ਇਹਨਾਂ ਨੇ ਮੰਨੀ ਹੈ ਇਹ ਗੱਲ ਕਿ ਕੋਈ ਫਰੇਮ ਰੂਲ ਗਾਈਡਲਾਈਨ ਹੈ ਹੀ ਨਹੀਂ,
ਬ੍ਰੌਡਕਾਸਟਿੰਗ ਮਤਲਬ ਤੁਸੀਂ ਇੱਕ ਨਵਾਂ ਸਿਸਟਮ ਲੈ ਕੇ ਆਏ ਹੋ, ਐਟਲੀਸਟ ਉਹਦੇ ਮਤਲਬ ਰੂਲ ਤਾਂ ਬਣਾ ਲਓ, ਨਹੀਂ ਤਾਂ ਕੁਛ ਵੀ ਹੋ ਸਕਦਾ ਜੀ, ਕਿਵੇਂ ਮਰਜ਼ੀ ਕਰੀ ਜਾਓਗੇ ਜੀ। ਅਤੇ ਜਦੋਂ ਅਸੀਂ ਓਪੋਜੀਸ਼ਨ MLA ਨਾਲ ਵਿਤਕਰਾ ਕਰਦੇ ਸੀਗੇ, ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਓਪੋਜੀਸ਼ਨ MLAs ਨੂੰ, ਤੁਸੀਂ ਉਹਨਾਂ ਨਾਲ ਵਿਤਕਰਾ ਕਰ ਰਹੇ ਸੀਗੇ, ਉਹ ਤਾਂ ਕਰ ਰਹੇ ਸੀ ਆਮ ਆਦਮੀ ਪਾਰਟੀ ਸਰਕਾਰ, ਕਿਉਂਕਿ ਰੂਲ ਹੈ ਹੀ ਨਹੀਂ ਜੀ ਬਣਿਆ ਹੋਇਆ, ਅਤੇ ਕਿਉਂਕਿ ਰੂਲ ਨਹੀਂ ਹੈ ਤਾਂ ਆਪਦੀ ਮਨਮਰਜ਼ੀ ਕਰ ਸਕਦੇ ਹੈ, ਅਤੇ ਤਾਂ ਕਰਕੇ ਆਨਰੇਬਲ ਹਾਈ ਕੋਰਟ ਨੂੰ ਇੰਟਰਵੀਨ ਕਰਨਾ ਪਿਆ। ਹੁਣ ਦੂਜੀ ਜਿਹੜੀ ਗੱਲ ਹੈ, ਆਪਾਂ ਸਭ ਨੇ ਦੇਖਿਆ ਜੀ, ਸਾਰੇ ਪੰਜਾਬ ਨੇ, 3 ਕਰੋੜ ਬਸ਼ਿੰਦਿਆਂ ਨੇ ਦੇਖਿਆ ਵੀ ਜਦੋਂ ਸਰਕਾਰ ਦੇ MLA ਬੋਲਦੇ 1-2 ਜਾਣੇ ਫਰੇਮ 'ਚ ਨਜ਼ਰ ਆਉਂਦੇ ਆ ਸਕਰੀਨ 'ਤੇ, ਜਦੋਂ ਓਪੋਜੀਸ਼ਨ ਦੇ ਬੋਲਦੇ ਸਾਰੀ ਓਪੋਜੀਸ਼ਨ ਨਜ਼ਰ ਆ ਰਹੀ ਹੁੰਦੀ ਹੈ, ਕਦੇ ਕਦੇ ਪਤਾ ਹੀ ਨਹੀਂ ਲੱਗਦਾ ਓਪੋਜੀਸ਼ਨ ਦਾ ਕਿਹੜਾ MLA ਬੋਲ ਰਿਹਾ। ਤਾਂ ਕਰਕੇ ਸਾਨੂੰ ਇਹ ਕਦਮ ਚੱਕਣਾ ਪਿਆ। ਅਸੀਂ ਸਪੀਕਰ ਸਾਹਿਬ ਨੂੰ 2022 ਜੂਨ ਦੇ ਵਿੱਚ ਵੀ ਲਿਖਿਆ ਸੀਗਾ, ਜੁਲਾਈ 2023 ਵੀ ਲਿਖਿਆ ਸੀਗਾ, ਅਸੀਂ ਲਿਖ ਕੇ ਵੀ ਦੇਖਿਆ, ਅਸੀਂ ਬੋਲ ਕੇ ਵੀ ਦੇਖਿਆ, ਪ੍ਰੈਸ ਕਾਨਫਰੰਸ ਕਰਕੇ ਵੀ ਦੇਖੀ, ਹਰੇਕ ਪਲੈਟਫਾਰਮ ਅਸੀਂ ਜਾ ਕੇ ਦੇਖਿਆ, ਜਦੋਂ ਸਾਡੀ ਗੱਲ ਸੁਣੀ ਨਹੀਂ ਗਈ, ਸੁਣਵਾਈ ਮਤਲਬ ਹੱਲ ਕਰਨਾ ਤਾਂ ਦੂਰ ਦੀ ਗੱਲ, ਸੁਣਵਾਈ ਨਹੀਂ ਹੋਈ, ਫਿਰ ਸਾਨੂੰ ਆਨਰੇਬਲ ਹਾਈਕੋਰਟ ਦਾ ਦਰਵਾਜ਼ਾ ਖਟਖਟਾਉਣਾ ਪਿਆ। ਅਤੇ ਦੂਜੀ ਗੱਲ ਇਹ ਹੈ ਕਿ ਮੈਂ ਬੇਨਤੀ ਇਹ ਕਰੂੰਗਾ ਮਾਨ ਸਾਹਿਬ ਨੂੰ ਕਿ ਮਾਨ ਸਾਹਿਬ, ਇਹ ਜ਼ਰੂਰੀ ਹੈ ਕਿ ਜਦੋਂ ਤੁਸੀਂ ਏਡੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਸੰਵਿਧਾਨ ਦੀਆਂ, ਸੰਵਿਧਾਨ ਦੇ ਆਰਟੀਕਲਸ ਦਾ ਤੁਸੀਂ ਜ਼ਿਕਰ ਕਰਦੇ ਹੋ, ਫੰਡਾਮੈਂਟਲ ਰਾਈਟਸ ਦਾ ਜ਼ਿਕਰ ਕਰਦੇ ਹੋ, ਤਾਂ ਤੁਹਾਡੀ ਕਹਿਣੀ ਅਤੇ ਕਥਨੀ 'ਚ ਫਰਕ ਨਹੀਂ ਹੋਣਾ ਚਾਹੀਦਾ। ਅਤੇ ਅਰਾਊਂਡ 30% ਲੋਕਾਂ ਨੇ, ਟੋਟਲ ਇਨ ਟੋਟੈਲਿਟੀ ਵੋਟ ਪਰਸੈਂਟੇਜ ਹੈ ਟੋਟਲ ਓਪੋਜੀਸ਼ਨ MLAs ਦਾ, ਸਾਰੀਆਂ ਪਾਰਟੀਆਂ ਦਾ ਅਰਾਊਂਡ, ਅਤੇ ਜਦੋਂ ਇਹ ਓਪੋਜੀਸ਼ਨ MLA ਨਾਲ ਐਂ ਵਿਤਕਰਾ ਕਰਦੇ ਸੀਗੇ, ਇਟ ਟ੍ਰਿਕਲਸ ਡਾਊਨ ਟੂ ਡਿਸਕ੍ਰਿਮੀਨੇਟਿੰਗ ਅਗੇਂਸਟ ਦ ਵੋਟਰਸ ਆਫ ਪੰਜਾਬ ਐਜ਼ ਵੈਲ, ਉਹਨਾਂ ਦਾ ਤਾਂ ਕੋਈ ਕਸੂਰ ਨਹੀਂ। ਅਤੇ ਜੇ ਉਹਨਾਂ ਨੇ ਵੋਟਾਂ ਪਾ ਕੇ ਉਹਨਾਂ ਨੂੰ ਭੇਜਿਆ ਵਿਧਾਨ ਸਭਾ ਦੇ ਵਿੱਚ ਵੀ ਸਾਡੇ ਮੁੱਦੇ ਤੁਸੀਂ ਚੱਕੋ, ਅਤੇ ਤੁਸੀਂ ਉਹਨਾਂ ਨੂੰ ਦਿਖਣ ਹੀ ਨਹੀਂ ਦਊਂਗੇ, ਉਹਨਾਂ ਨਾਲ ਵਿਤਕਰਾ ਕਰੋਗੇ, ਫਿਰ ਤੁਸੀਂ ਯੂ ਆਰ ਸੈਟਿੰਗ ਅਪ ਅ ਵੈਰੀ ਰੋਂਗ ਐਗਜ਼ਾਮਪਲ। ਤਾਂ ਹੀ ਕਰਕੇ ਅੱਜ ਆਨਰੇਬਲ ਹਾਈਕੋਰਟ ਨੇ ਇੰਟਰਵੀਨ ਕੀਤਾ ਅਤੇ ਸਪੀਕਰ ਸਾਹਿਬ ਨੂੰ ਕਿਹਾ ਇਹ 'ਤੇ ਜਲਦ ਤੋਂ ਜਲਦ ਇਹ 'ਤੇ ਫੈਸਲਾ ਲਓ, ਇਹ ਡਾਇਰੈਕਸ਼ਨ ਕੀਤੀ ਗਈ ਹੈ, ਅਤੇ ਬਹੁਤ ਜਲਦ ਸਾਨੂੰ ਉਮੀਦ ਹੈ ਸਪੀਕਰ ਸਾਹਿਬ ਇਹ 'ਤੇ ਫੈਸਲਾ ਲੈਣਗੇ।